ਵਾਹਿਗੁਰੂ 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 ਸੱਜਣ ਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਵੇਂ ਬਾਈਏ ਪਾਓ
ਘਰ ਕਰ ਰਿਹਾ ਪਹੁੰਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇਹ ਅਵਨ ਉਹ ਦਿਨ ਨੇੜੇ ਆ ਰਿਹਾ ਭੋਚੇ ਆ ਰਹੇ ਨੇ ਪਹੁੰਚਾ ਪਹੁੰਚੇ ਦਾ ਅਰਥ ਹੈ ਭੋਚਾ ਆਉਣਾ ਸਾਹੇ ਚਿੱਠੀ ਆਉਣੀ ਕਹਿੰਦੇ ਜਿਵੇਂ ਸਾਹੇ ਚਿੱਠੀ ਆਉਂਦੀ ਹੈ ਘਰ ਘਰ ਵੇਖੋ ਦੁਨੀਆ ਜਾ ਰਹੀ ਕਦੇ ਕੋਈ ਚੱਲਿਆ ਕਦੇ ਕੋਈ ਚੱਲਿਆ ਕਹਿ ਜੀਵ ਰੂਪ ਇਸਤਰੀ ਕਹਿ ਤੂੰ ਜਿਹੜੇ ਨਾਮ ਜਪਣ ਵਾਲੇ ਨੇ ਭਜਨ ਕਰਨ ਵਾਲੇ ਨੇ ਮੈਨੂੰ ਵੀ ਮਾਈਏ ਪਾਓ ਮੇਰੇ ਸਿਰ ਵਿੱਚ ਵੀ ਅਸੀਸਾਂ ਰੂਪੀ ਤੇਲ ਪਾਓ ਸੰਬਤ ਸਾ ਸੜੀਆਂ ਜੋ ਹੋਵੇ ਸਾਹਿਬ ਸਿਉਵੇ ਹੋ ਸਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਉਵੇ ਗੱਜ ਕੇ ਭਾਈ ਵਾਹੇ ਗੁਰੂ ਵਾਹੇ ਸਰਬ ਸਾਧ ਸੰਗਤ ਜੀ ਦਾ ਧੰਨਵਾਦ ਜਿਨ੍ਹਾਂ ਨੇ ਦੋ ਦਿਨ ਹਾਜ਼ਰੀ ਭਰੀ ਪਹਿਲੇ ਦਿਨ ਆ ਨਹੀਂ ਸਾਂ ਸਕਿਆ ਇਸ ਕਰਕੇ ਇੱਕ ਦੀਵਾਨ ਵਧਾ ਦਿੱਤਾ ਜਿੱਥੇ ਤਿੰਨ ਦੀਵਾਨ ਹੋਣ ਕੋਸ਼ਿਸ਼ ਕਰੀ ਦੀ ਹੈ ਤਿੰਨੇ ਦਿਨ ਜਾਈਏ ਦੋ ਹੋਣ ਦੋ ਤੇ ਜਾਈਏ ਜੰਡਿਆਲਾ ਗੁਰੂ ਕਾ ਉੱਥੋਂ ਦੀ ਸੰਗਤ ਉਦਮ ਕਰ ਰਹੀ ਹੈ
ਬਹੁਤ ਕਈ ਸਾਲਾਂ ਤੋਂ ਕਹਿੰਦੇ ਆ ਰਹੇ ਨੇ, ਆਉਣ ਵਾਲੇ ਸਮੇਂ ਚ ਉੱਥੇ ਦੀਵਾਨ ਦਿੱਤੇ ਜਾਣਗੇ। ਜਿੱਥੇ ਵੀ ਕਿਤੇ ਪਤਾ ਲੱਗੇ ਆਪ ਜੀ ਨੂੰ ਲਾਹਾ ਪ੍ਰਾਪਤ ਕਰੋ। ਮਹਾਂਪੁਰਖ ਬਾਬਾ ਹਜ਼ਾਰਾ ਸਿੰਘ ਜੀ ਘੁੰਮਣਾ ਵਾਲੇ ਮਹਾਂਪੁਰਸ਼ਾਂ ਦੀ ਬਰਸੀ ਹੈ, 21ਵੀਂ ਬਰਸੀ ਹੈ, 23, 24, 25 ਦਾ ਉੱਥੇ ਸਮਾਗਮ ਹੈ, 24 ਰਾਤ ਦਾ ਸਮਾਗਮ ਹੈ ਜਿਹੜਾ, ਉਹਦੇ ਵਿੱਚ ਰਹਿਣ ਸਬਾਈ ਵਿੱਚ ਆਪਾਂ ਵੀ ਹਾਜ਼ਰੀ ਭਰਨੀ ਹੈ ਸੰਗਤ ਨਾਲ ਮਿਲ ਕੇ ਲਾਹੇ। ਤਿੰਨ ਚਾਰ ਪੰਜ ਨਵੰਬਰ ਨੂੰ ਅਨਾਜ ਮੰਡੀ ਭੋਗਪੁਰ ਸ਼ਹਿਰ ਵਿੱਚ ਦੀਵਾਨ ਹਨ, ਉੱਥੇ ਵੀ ਲਾਹੇ ਲੈਣੇ। ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਹਨਾਂ ਚਿਰ ਉੱਠ ਕੇ ਨਹੀਂ ਜਾਣਾ। ਸਰਬ ਸਾਧ ਸੰਗਤ ਦਾ ਧੰਨਵਾਦ, ਸਾਰੇ ਪ੍ਰਬੰਧਕਾਂ ਦਾ ਧੰਨਵਾਦ, ਲੰਗਰ ਪਕਾਉਣ ਵਾਲੇ, ਲੰਗਰ ਵਰਤਾਉਣ ਵਾਲੇ, ਪਹਿਰੇ ਤੇ ਖਲੋਣ ਵਾਲੇ, ਸੰਗਤ ਨੂੰ ਲਿਆਉਣ ਵਾਲੇ, ਸਟੇਜ ਸਜਾਉਣ ਵਾਲੇ, ਸਾਰੀ ਸੰਗਤ ਦਾ, ਸਾਰੇ ਗੁਰਮੁਖਾਂ ਦਾ ਧੰਨਵਾਦ। ਜਿੱਥੋਂ ਜਿੱਥੋਂ ਵੀ ਸੰਗਤ ਆਈ ਸਭ ਨੂੰ ਜੀ ਆਇਆਂ ਨੂੰ, ਜਿੰਨੇ ਮਹਾਂਪੁਰਸ਼ ਗੁਰੂ ਸਵਾਰੇ ਗ੍ਰੰਥੀ ਸਿੰਘ, ਰਾਗੀ ਸਾਹਿਬਾਨ, ਢਾਡੀ ਸਾਹਿਬਾਨ, ਜਿਨ੍ਹਾਂ ਜਿਨ੍ਹਾਂ ਨੇ ਸਮਾਗਮਾਂ ਵਿੱਚ ਹਾਜ਼ਰੀਆਂ ਭਰੀਆਂ, ਮੈਂ ਸਭ ਦਾ ਹੀ ਧੰਨਵਾਦ ਕਰਦਾ ਹੋਇਆ ਹੁਣ ਆਪ ਜੀ ਤੋਂ ਆਨੰਦ ਸਾਹਿਬ ਵਿੱਚ ਸਾਥ ਮੰਗ ਰਿਹਾ। ਸਾਰੇ ਸਾਥ ਦਿਓ, ਗੱਜ ਕੇ ਆਨੰਦ ਸਾਹਿਬ ਚ ਬੋਲੋ। ਜਿੰਨਾ ਚਿਰ ਮਰਦ ਸਾਹਿਬ ਇੱਥੇ ਨੇ ਭਾਈ, ਉੱਠ ਕੇ ਨਾ ਜਾਇਓ, ਗੁਰੂ ਸਾਹਿਬ ਜਾਣਗੇ ਆਪਾਂ ਫਿਰ ਚੱਲੇ ਪਾਵਾਂਗੇ। ਸਰਬ ਸਾਥ ਸੰਗਤ ਦਾ ਧੰਨਵਾਦ। ਨੰਡਾਲੇ ਜੋ ਅਕਾਲ ਸਰ ਆਸ਼ਰਮ ਦੀ ਸੇਵਾ ਚੱਲ ਰਹੀ ਹੈ, ਚਾਰ ਦੀਵਾਰੀ ਹੋ ਰਹੀ ਹੈ, ਕਮਰੇ ਬਣ ਰਹੇ ਨੇ, ਬਣਨੇ ਸ਼ੁਰੂ ਹੋਣੇ ਨੇ, ਸਤ ਸੰਗਤ ਉਹ ਆਪ ਜੀ ਦੇ ਨੇੜੇ ਹੈ, ਉੱਥੇ ਵੀ ਜਦੋਂ ਕਦੇ ਆਈਏ ਸੰਗਤ ਨਾਲ ਮਿਲ ਕੇ ਲਾਹੇ ਲੈਂਦੀ। ਸਵਾਉ ਗੱਜ ਕੇ ਸਾਰੀ ਸੰਗਤ ਆਨੰਦ ਸਾਹਿਬ ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ। ਸਭ ਤੋਂ ਵੱਧ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ, ਜਿਨ੍ਹਾਂ ਨੇ ਮਿਹਰ ਕਰਕੇ ਸਾਨੂੰ ਆ ਸਮਾਂ ਬਖਸ਼ਿਆ। ਕਈਆਂ ਨੂੰ ਕਾਹਲ ਹੁੰਦੀ ਹੈ, ਬਾਰ ਬਾਰ ਘੜੀਆਂ ਵਾਲੀ ਨਿਗਾਹ ਉਹਨਾਂ ਦੀ ਟਿਕੀ ਰਹਿੰਦੀ, ਕਦੋਂ ਸਮਾਪਤੀ ਹੋਏਗੀ, ਚੱਲੀਏ ਛੇਤੀ ਘਰਾਂ ਨੂੰ। ਮੈਂ ਵੇਖਣਾ ਕਈ ਬੜੇ ਕਾਹਲੇ ਹੁੰਦੇ ਨੇ, ਉਹਨਾਂ ਦੇ ਚਿਹਰੇ ਦੱਸਦੇ ਨੇ, ਪਰ ਕਈ ਜਿਹੜੇ ਨੇ ਵੇਖੋ ਇੱਥੇ 3 ਵਜੇ ਦੇ 4 ਵਜੇ ਦੇ ਜਗ੍ਹਾ ਮੱਲ ਕੇ ਬੈਠੇ, ਜਿਹੜੇ 4 ਵਜੇ ਦੇ ਬੈਠੇ ਆ ਉਹਨਾਂ ਨੂੰ 6-6, 7-7 ਘੰਟੇ ਲੰਘ ਜਾਂਦੇ ਬੈਠਿਆਂ ਨੇ, ਉਵੇਂ ਜਿਵੇਂ ਪਿਆਰ ਨਾਲ ਸਜੇ ਰਹਿੰਦੇ ਨੇ। ਪ੍ਰੇਮ ਦਾ ਕੋਈ ਮੁੱਲ ਨਹੀਂ, ਪਿਆਰ ਵੀ ਅਥਾਹ ਹੈ। ਆਪ ਜੀ ਬੜਾ ਪਿਆਰ ਕਰਦੇ ਹੋ, ਅਸੀਂ ਇਹਦੇ ਯੋਗ ਨਹੀਂ। ਗੱਜ ਕੇ ਸਾਰੀ ਸੰਗਤ ਆਨੰਦ ਸਾਹਿਬ ਚ ਬੋਲੋ, ਹੋਈਆਂ ਤਮਾਮ ਭੁੱਲਾਂ ਦੀ ਖਿਮਾ ਕਰਦੇ ਹੋ, ਆਪਣੇ ਸੇਵਕ ਸਮਝ ਕੇ ਅਰਦਾਸ ਕਰਿਓ, ਇਸੇ ਤਰ੍ਹਾਂ ਤੁਹਾਡੇ ਚਰਨਾਂ ਚ ਹਾਜ਼ਰੀ ਭਰਦੇ ਰਹੀਏ, ਸੇਵਾ ਕਰਦੇ ਰਹੀਏ।